ਨਵਾਂਸ਼ਹਿਰ ਦੇ ਪਿੰਡ ਸਾਧਪੁਰ ਵਿਖੇ ਕਬੱਡੀ ਟੂਰਨਾਮੈਂਟ ਦਾ ਮਹਾਕੁੰਭ ਕਰਵਾਇਆ ਗਿਆ, ਜਿਸ ਵਿੱਚ ਪੰਚਾਇਤ, ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਟੂਰਨਾਮੈਂਟ ਵਿੱਚ ਜਿੱਥੇ ਖਿਡਾਰੀਆਂ ਨੂੰ ਲੱਖਾਂ ਰੁਪਏ ਇਨਾਮ ਦੇ ਕੇ ਨਿਵਾਜਿਆ ਗਿਆ, ਉੱਥੇ ਹੀ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਲੋਕਾਂ ਨੇ ਸਭ ਤੋਂ ਵੱਧ ਆਨੰਦ 60 ਸਾਲ ਤੋਂ ਉੱਪਰ ਦੇ ਮਾਂ ਖੇਡ ਕਬੱਡੀ ਦੇ ਨੌਜਵਾਨ ਜੁਝਾਰੂਆਂ ਦੀ ਖੇਡ ਦਾ ਮਾਣਿਆ ਅਤੇ ਇਹਨਾਂ ਜੁਝਾਰੂਆਂ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ 'ਤੇ ਮਜਬੂਰ ਕਰ ਦਿੱਤਾ ਅਤੇ ਦੱਸਿਆ ਕਿ ਪੁਰਾਣੀਆਂ ਖਾਧੀਆਂ ਖੁਰਾਕਾਂ ਦੀ ਮਜ਼ਬੂਤੀ ਅਜੇ ਤੱਕ ਵੀ ਬਰਕਰਾਰ ਹੈ। ਇਸ ਮੌਕੇ ਮੈਡਮ ਹਰਜੋਤ ਕੌਰ ਲੋਟੀਆਂ ਨੇ ਖਿਡਾਰੀਆਂ ਨੂੰ ਸੰਬੋਧਨ ਵੀ ਕੀਤਾ। ਮਹਿੰਦਰ ਸਿੰਘ ਕੈਨੇਡਾ ਤੋਂ, ਰਾਣਾ ਜੀ ਮੇਰੇ ਬਹੁਤ ਹੀ ਸਤਿਕਾਰਯੋਗ, ਮੇਰੇ ਚਾਚਾ ਜੀ ਅਮਰਜੀਤ ਲੋਟੀਆ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਇਸ ਖੇਡ ਮੇਲੇ ਨੂੰ ਆਪਣੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਾ ਕੇ ਇਸ ਮੇਲੇ ਨੂੰ ਤੇ ਸਾਨੂੰ ਹਰੇਕ ਘਰ ਦੇ ਵਿੱਚ ਪਹੁੰਚਾਉਣਾ ਹੈ। ਸਾਡੇ ਪੱਤਰਕਾਰ ਹੈਪੀ ਘਨੌਰ ਜੀ, ਸਾਡੇ ਰੈਪਰ ਤੋਂ ਟੀਮ ਸਾਂਕਰ ਜੀ, ਇਹਨਾਂ ਸਾਰਿਆਂ ਨੂੰ ਮੈਂ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਭਾਜੀ ਅਤੇ ਮੁਬਾਰਕਬਾਦ, ਜੋ ਸਾਡੇ ਸਾਰੇ ਪ੍ਰਬੰਧਕਾਂ ਨੇ ਇੱਥੇ NRI ਦੇ ਨਾਲ ਮਿਲ ਕੇ ਇੰਨੇ ਵਧੀਆ ਖੇਡ ਮੇਲੇ ਦਾ ਆਯੋਜਨ ਕੀਤਾ, ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ। ਨਾਲ ਦੀ ਨਾਲ ਇਸ ਗਰਾਊਂਡ ਦੇ ਵਿੱਚ ਸਾਡੇ ਖਿਡਾਰੀ ਅਤੇ ਇਹਨਾਂ ਦੀਆਂ ਮਾਵਾਂ ਨੂੰ ਮੈਂ ਕੋਟ ਕੋਟ ਸਲਾਮ ਕਰਦੀ ਹਾਂ, ਪ੍ਰਣਾਮ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਚੰਗੇ ਰਾਹੀਂ ਪਾਇਆ। ਮੇਰਾ ਮੰਨਣਾ ਆ, ਚਾਹੇ ਜਿਹੜੀ ਮਰਜ਼ੀ ਖੇਡ ਹੋਵੇ, ਕਬੱਡੀ ਹੋਵੇ, ਫੁੱਟਬਾਲ ਹੋਵੇ, ਇਹ ਸਿਰਫ ਇੱਕ ਇੰਟਰਟੇਨਮੈਂਟ ਦਾ ਸਾਧਨ ਹੈ, ਇਹ ਇੱਕ ਸੇਧ ਹੁੰਦੀ ਆ ਸਾਡੇ ਸਮਾਜ ਨੂੰ, ਸਾਡੇ ਨੌਜਵਾਨਾਂ ਨੂੰ ਕੁਰਾਹੇ ਤੋਂ ਦੁਬਾਰਾ ਮਾਂ ਤੇ ਪਾਉਣ। ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਵਿਸ਼ਵਾਸ ਦਵਾਉਂਦੀ ਹਾਂ ਕਿ ਜਿੱਥੇ ਕਿਤੇ ਵੀ ਤੁਹਾਨੂੰ ਸਾਡੀ ਲੋੜ ਪੈਂਦੀ ਹੈ, ਪੰਜਾਬ ਸਰਕਾਰ ਨੂੰ ਤੁਹਾਡੀ ਹਰੇਕ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਹੈ। ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਵਸਣ ਪੰਜਾਬ ਦੀਆਂ ਦਾ ਆਯੋਜਨ ਕੀਤਾ ਗਿਆ, ਜੋ ਕਿ ਖੇਡਾਂ ਨੂੰ ਪ੍ਰਮੋਟ ਕਰਨ ਲਈ ਅਤੇ ਹਰੇਕ ਹਲਕੇ ਦੇ ਵਿੱਚ 10-10 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ ਤਾਂ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ। ਖਾਸ ਤੌਰ 'ਤੇ ਮੈਂ ਧੰਨਵਾਦ ਕਰਦੀ ਹਾਂ ਸਾਡੇ ਲਾਡੀ ਭਾਜੀ ਦਾ, ਜੋ ਔਖੇ ਸੌਖੇ ਸਮੇਂ ਦੇ ਵਿੱਚ ਮੇਰੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਸਟੇਜ 'ਤੇ ਵਿਰਾਜਮਾਨ ਸਾਡੇ ਚਿੰਗੜ ਸਾਹਿਬ ਅਮਰਜੀਤ ਭਾਜੀ ਹਨੀ, ਜੋ ਕਿ ਜਿੰਗੋਵਾਲ ਤੋਂ ਆਏ ਹਨ, ਜਿਨ੍ਹਾਂ ਦਾ ਵੀ ਨਾਮ ਮੈਂ ਸਾਰਿਆਂ ਤੋਂ ਮੈਂ ਮਾਫ਼ੀ ਮੰਗਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਕੇਂਦਰ ਸਰਕਾਰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਨਾਲ ਧੱਕਾ ਕਰ ਦਿੰਦੀ।
ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨ ਦੇ ਲਈ ਹਰਜੋਤ ਕੌਰ ਮਲਹੋਟੀਆ ਜੀ ਸਿਆਸਤ ਦੀ ਦੁਨੀਆ ਵਿੱਚ ਨਾਮ ਹੈ ਔਰ ਨਾਲ ਸਾਡੇ ਨਗਰ ਦੇ ਐਨ ਆਰ ਏ ਵੀਰ ਰਾਮ ਪੰਚਾਇਤ ਪ੍ਰਭ ਜੀ ਤੁਹਾਡੀ ਨਾਲ ਸੰਪਰਕ ਕਰੋ ਬਹੁਤ ਬਹੁਤ ਧੰਨਵਾਦ ਵੱਡਾ ਨਾਂ ਖੱਟਿਆ ਹੈ ਤੇ ਅੱਜ ਕੱਲ੍ਹ ਗੇਟ ਲਿਫਟਰ ਦੀ ਦੁਨੀਆ ਦੇ ਵਿੱਚ ਵੀ ਬਹੁਤ ਵੱਡਾ ਨਾਮ ਗੁਣਾ ਚੋਰੀ ਹੈ ਕਿ ਸਾਬਾ ਵੀ ਉਹਦੇ ਮੇਲੇ ਤੇ ਆ ਗਿਆ ਪਿਛਲੇ ਦਿਨ ਕਹਿੰਦੇ ਵੀ ਸਪੇਲ ਦੀ ਕਰਦੇ ਬੋਲੀਆਂ ਯਾਦਾਂ ਚੇਤੇ ਆਉਂਦੀਆਂ ਨੇ ਜਦੋਂ ਨਜ਼ਰ ਮਾਰੀਏ ਤਸਵੀਰਾਂ ਤੇ ਯਾਦ ਕਰੀ ਤਸਵੀਰ ਇਸੇ ਲਈ ਹੋਈ ਹੈ ਇੱਕ ਵਾਰੀ ਆ ਰਹੀ ਹੈ ਔਰ ਸਾਡੇ ਜੀਤਾ ਵੀ ਕਹਿੰਦੇ ਸਨਮਾਨ ਕੀਤਾ ਜਾਣਾ ਬੁਲੰਦ ਆਵਾਜ਼ ਦਾ ਮਾਲਕ ਹੈ ਕੇਸ਼ੀ ਬਹੁਤ ਬਹੁਤ ਧੰਨਵਾਦ ਹਰਜੋਤ ਕੌਰ ਮਲਹੋਟੀਆ ਜੀ ਬਹੁਤ ਵੱਡੀ ਦੇਣ ਹੈ ਜਿਹਨਾਂ ਨੂੰ ਢਿੱਲੋਂ ਸਵੀਰ ਸ਼ਾਪ ਜਦੋਂ ਗੱਲ ਕਰਦੇ ਹਾਂ ਵੀ ਮੂੰਹ ਜਿਹਾ ਭਰ ਜਾਂਦਾ ਹੈ ਕੁਝ ਪਾਣੀ ਆ ਜਾਂਦਾ ਹੈ ਔਰ ਢਿੱਲੋਂ ਸਵੀਰ ਸ਼ਾਪ ਮੁਕੰਦਪੁਰ ਵਾਲੇ ਸਾਡੀ ਬੇਦਾ ਟੀ ਫਰਵਰੀ ਮੁਕੰਦਪੁਰ ਦੇ ਵਿੱਚ ਚੌਕੀਆਂ ਦਾ ਖੇਡ ਮੇਲਾ ਯਾਦਗਾਰੀ ਤਸਵੀਰਾਂ ਹੋ ਰਹੀਆਂ ਹੈ ਸਾਧਪੁਰ ਪਿੰਡ ਦੇ ਮੁੰਡੇ ਵੇਖ ਲਓ ਮੁੰਡੇ ਸ਼ੌਕ ਮਵਾਉਂਦੇ ਨੇ ਦਸਾਂ ਦਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਹਰੇ ਖੋਤੇ ਦੀ ਪਰਖੇ ਨਾਲ ਗੱਲ ਕਰਦੇ ਨੇ ਧੜਕਾ ਕੇ ਰਾਜੇ ਖੇਲੇ ਨਾਲ ਹੀ ਬੇਨਤੀ ਆ ਵੀ ਕਹਿੰਦੇ ਵੀ ਖੇਡ ਕਬੱਡੀ ਦੇ ਸਾਡੇ ਉਹ ਖਿਡਾਰੀ ਜਿਹਨਾਂ ਨੇ ਪਹਿਲੇ ਅੱਜ ਵੀ ਕਬੱਡੀ ਖੇਡੀ ਹੈ ਅੱਜ ਹੀ ਤੁਹਾਡੇ ਮਨੋਰੰਜਨ ਦੇ ਲਈ ਉਹ ਮੈਚ ਹੋਵੇਗਾ ਉਹ ਵੀ ਬੇਨਤੀ ਕਰਦੇ ਨੇ ਦੋਨੋਂ ਟੀਮਾਂ ਜਿਹੜੀਆਂ ਮੈਦਾਨ ਦੇ ਲਾਗੇ ਰਹਿਣਗੀਆਂ ਤੇਲੂ ਭੱਟੀ ਜੀ ਬਹੁਤ ਬਹੁਤ ਸ਼ੁਕਰੀਆ ਪਰ ਖੇਡਣ ਕਬੱਡੀਆਂ ਮਾਣ ਇਹਨਾਂ ਉੱਤੇ ਜਿਹੜੀਆਂ ਖੇਡਣ ਕਬੱਡੀਆਂ ਸਾਡਾ ਵੀਰ ਕੁਲਵਿੰਦਰ ਸਿੰਘ ਮੀਟਾ ਉਹ ਕੁੜਲੀ ਫਾਰ ਸਿੰਘ ਤੋਂ ਇਹ ਟੀਮਾਂ ਲੈ ਕੇ ਇੱਥੇ ਆਇਆ ਜਿਹਨਾਂ ਦਾ ਵਰਲਡ ਕੱਪ ਵਾਲਾ ਜਿਹੜੀਆਂ ਲੜਕੀਆਂ ਨੇ ਮੈਚ ਕੀਤੇ ਸੀ ਉਹਨਾਂ ਦੀ ਕੋਚਿੰਗ ਬਣੀ ਆ ਤੇ ਹੁਣ ਤੁਸੀਂ ਦੱਸ ਰਹੇ ਵੀਰੋ ਸਾਰੇ ਆਨੰਦ ਮਾਣ ਰਹੇ ਹਾਂ ਤੇਲੂ ਭੱਟੀ ਮਾਈਕ ਤਾਂ ਮੈਨੂੰ ਮਿਲ ਗਿਆ ਕਿਉਂਕਿ ਉਹਨਾਂ ਨੇ ਰੈਸਟ ਕਰਨੀ ਆ ਅਗਲਾ ਮੈਚ ਜਿਹੜਾ ਆ ਉਹ ਇਹਨਾਂ ਦਾ ਕਬੱਡੀ ਦੇ ਪਲੇਅਰਾਂ ਨਾਲੋਂ ਵੀ ਜ਼ਿਆਦਾ ਲੱਗਣਾ ਕਿਉਂਕਿ ਜੋਰ ਵੀ ਜਿਹੜਾ ਖਿਡਾਰੀਆਂ ਦਾ ਇਹਨਾਂ ਨੇ ਰੋਣਾ ਤੋ ਇਹ ਲੜਕੀ ਦੇਖੋ ਕਿਸ ਤਰ੍ਹਾਂ ਜਿਹੜਾ ਬੜੇ ਜੋਸ਼ ਦੇ ਖਰੋਸ਼ ਨਾਲ ਲਓ ਜੀ ਜੱਫਾ ਲੱਗ ਗਿਆ ਲੱਤ ਨੂੰ ਕੈਂਚੀ ਵੀ ਲੱਗ ਗਈ ਆ ਤੇ ਦੇਖੀਏ ਇੱਕ ਮਿੰਟ ਦੇ ਇੱਕ ਸਕਿੰਟ ਜਾਂ ਦੋ ਸਕਿੰਟ ਦਾ ਫਰਕ ਜਿਹੜਾ ਆ ਉਹ ਇਸ ਰੇਡ ਦਾ ਜਿਹੜਾ ਫੈਸਲਾ ਕਰ ਲਵੇ ਲਓ ਜੀ ਇਹ ਜਿਹੜੀ ਅਗਲੀ ਖੇਡ ਕਬੱਡੀ ਜਿਹੜੀ ਰੇਡ ਆ ਇਹ ਕੁੜੀਆਂ ਲੈ ਕੇ ਆ ਰਹੀ ਆ ਛੱਬੋ ਨਾਮ ਦੀ ਖਿਡਾਰਨ ਛੱਬੋ 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 ਕਹਿੰਦੀ ਆ ਮੈਨੂੰ ਤੁਸੀਂ ਫੜ ਨਹੀਂ ਸਕਦੇ ਛੱਡੋ ਤੇ ਲਓ ਜੀ ਉੱਧਰੋਂ ਵੀ ਗੁੱਟ ਫੜ ਲਿਆ ਦੇਖੀਏ ਕੀ ਚਮਤਕਾਰ ਹੋ ਰਿਹਾ ਕੀ ਕਹਾਣੀ ਬਣਦੀ ਆ ਮਨਪ੍ਰੀਤ ਦੇ ਕਹਿਣ ਨੂੰ ਦੇਖੀਏ ਕੀ ਗੱਲ ਬਣਦੀ ਆ ਮਨਪ੍ਰੀਤ ਦੱਸ ਬਈ
ਕਿਹੋ ਜਿਹੀ ਗੱਲ ਬਣਦੀ ਹੈ ਤੇ ਤੇਰੇ ਪਿੰਡ ਵੀ ਕੱਲ ਮੈਚ ਹੋਣ ਜਾ ਰਿਹਾ ਕਬੱਡੀਆਂ ਦੁੱਧ ਦੇ ਮਲਾਈਆਂ ਖਾ ਕੇ ਇਵੇਂ ਹੋਈਆਂ ਵੱਡੀਆਂ ਕਈ ਖੇਡਾਂ ਖੇਡ ਰਹੀਆਂ ਤੇ ਕਈਆਂ ਖੇਡ ਛੱਡੀ ਆ ਮਾਣ ਸਾਨੂੰ ਸਾਰਿਆਂ ਤੇ ਖੇਡ ਨਾਲ ਕਬੱਡੀ ਆ ਮਾਣ ਸਾਨੂੰ ਕਿ ਧੀਆਂ ਖੇਡਣ ਕਬੱਡੀ ਲਓ ਜੀ ਫਿਰ ਜਿਹੜੀ ਆ ਲੜਕੀ ਏ ਆਪਣੇ ਦਵਿੰਦਰ ਰਾਵੀ ਇਹ ਲੜਕੀ ਜਿਹੜੀ ਆ ਚੋ ਜਾਫੀਆਂ ਤੇ ਬੜਾ ਹਾਵੀ ਹੋ ਜਾ ਰਹੀ ਆ ਵੇਚਾ ਪੈ ਗਿਆ ਦੇਖੀਏ ਜਗੀਰੀ ਪਿਆਰ ਨਾਲ ਫੌਜੀ ਤੇ ਸੇਪਾ ਕੌਣ ਜਫਾ ਲਾਉਂਦਾ ਹੈ ਜੇ ਜਗੀਰੀ ਨਾਲ ਟੱਕਰ ਟੱਕਰ ਸਰੇ ਜੀ ਮੇਰੇ ਮਿੱਤਰ ਜਗੀਰੀ ਲੱਗੂ ਜਫਾ ਜਾਂ ਫਿਰ ਰੇਡਰ ਭੱਜੂ ਲਓ ਟੱਕਰ ਸਰੇ ਜੀ ਮੇਰੇ ਮਿੱਤਰ ਆਹ ਸਾਹਮਣੇ ਪੈਂਦੀ ਕਬੱਡੀ ਸਰਜੀਤ ਤੇ ਸੁਰਜੀਤ ਅਗਲੀ ਕਬੱਡੀ ਪਾਉਣ ਦੇ ਵੀ ਫਿਰ ਉਸ ਵੇਲੇ ਵਧਿਆ ਹੋਇਆ ਸੇਪੇ ਨਾਲ ਟੱਕਰ ਟੱਕਰ ਫਰੇ ਦਿਆ ਦੁਕਾਨ ਖੁਸ਼ੀ ਵਾਂਗੂ ਫੜਿਆ ਗੁੱਟ ਮੇਰੇ ਮਿੱਤਰੋ ਆਹ ਸੂਪਾ ਕਹਿੰਦੇ ਗੁੱਟ ਫੜ ਗਿਆ ਸੂਪਾ ਹੋ ਗਈ ਅੱਜ ਸਾਧਪੁਰ ਦੇ ਵਿੱਚ ਝਿੰਗੜ ਸਾਹਿਬ ਸਤਪਾਲ ਸਾਹਿਬ ਬਹੁਤ ਵੱਡੀ ਸ਼ਖਸੀਅਤ ਹੈ ਮੇਰੇ ਵੀਰੋ ਲੰਬਾ ਸਮਾਂ ਇਹਨਾਂ ਨੇ ਸ਼ੂਗਰ ਮਿਲ ਦੀਆਂ ਵੀ ਸੇਵਾਵਾਂ ਨਿਭਾਈਆਂ ਬਹੁਤ ਬਹੁਤ ਧੰਨਵਾਦ ਹੈ ਨਾਲ ਕਹਿੰਦੇ ਪੀ ਜੇ ਸ਼ੇਰਗਿੱਲ ਦੇ ਬਾਪੂ ਜੀ ਆਏ ਹੋਏ ਹੈ ਅਜੀਤ ਸਿੰਘ ਦੀ ਡੋਗੋ ਸਾਹਿਬ ਦਾ ਵੀ ਧੰਨਵਾਦ ਹੈ ਅਜੀਤ ਸਿੰਘ ਦੀ ਬਾਗੜੀਆਂ ਦੀ ਟੀਮ ਦੇ 26.5 ਤੇ 38 ਨੰਬਰ ਲੈ ਕੇ ਤੇ ਪਲੰਟੀ ਨਿਊਜ਼ੀਲੈਂਡ ਦੀ ਟੀਮ ਜਿਹੜੀ ਹੈ ਉਹ ਫਾਈਨਲ ਦੇ ਵਿੱਚ ਪੁੱਜ ਗਈ ਹੈ ਵੀ ਲੜਕੀਆਂ ਦੀਆਂ ਟੀਮਾਂ ਪਲੀਜ਼ ਆ ਜਾਣਗੀਆਂ ਕੁਝ ਮਾਣ ਸਨਮਾਨ ਸਟੇਜ ਤੇ ਕੀਤੇ ਜਾਣਗੇ ਮਾਈਕ ਹਲਕਾ ਇੰਚਾਰਜ ਕਹਿ ਸਕਦੇ ਆਪਾਂ ਬੰਗਾ ਹਰਜੋਤ ਕੌਰ ਲੋਟੀਆ ਜੀ ਹਵਾਲੇ ਕਰਾਂਗੇ ਸਾਡੀ ਵੀਰਾਂ ਦੀ ਮਹਾਰਥੀਆਂ ਦੀ ਕੀਤੇ ਜਾ ਰਹੇ ਹੈ ਵਿਸ਼ੇਸ਼ ਸਨਮਾਨ ਇਸ ਲਈ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮਿਹਨਤ ਕੀਤੀ ਹੈ ਹਰ ਕਿਸੇ ਨੂੰ ਮਹਾਨ ਹੀ ਆਖਿਆ ਜਾਂਦਾ ਹੈ ਪਰ ਇਹ ਖਿਡਾਰੀਆਂ ਨੇ ਮਿਹਨਤ ਕਰ ਲੋ ਹਾਂ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਵੱਲੋਂ ਉਹ ਅੱਜ ਖੇਡ ਕਬੱਡੀ ਦੇ ਵੀ ਮਹਾਨ ਧਾਰਾ ਗੁਣਾ ਚੌਰ ਦਾ ਬਹੁਤ ਵੱਡੀ ਕਿਰਪਾ ਜਗੀਰ ਸ਼ੇਰ ਜੀ ਗੋਲਡ ਮੈਡਲ ਲੈ ਕੇ ਆਇਆ ਨੈਸ਼ਨਲ ਦੇ ਵਿੱਚੋਂ ਮੇਰੇ ਵੀਰੋ ਐਸ ਵਿੱਚ ਕਹਿੰਦੇ ਬਹੁਤ ਵੱਡੇ ਕਾਰੋਬਾਰ ਦੇ ਸ਼ਾਰ ਪੋਰਟਸ ਦੇ ਮਾਲਕ ਨੇ ਅਮਰਦੀਪ ਗੁਰਦੀਪ ਸਿੰਘ ਵੀਰੋ ਦਾ ਸਨਮਾਨ ਏਸੀ ਪ੍ਰਦੀਪ ਭਾਜੀ ਆਓ ਗੋਪੀ ਗੋਪੀ ਆ ਕਿਸਮ ਕਰਦੇ ਆ ਸਾਡੀ